ਓਨਟਾਰੀਓ ਸਰਕਾਰ ਵੱਲੋਂ ਸਿਵਲ ਕੇਸਿਸ ਲਈ ਜੂਰੀ ਟ੍ਰਾਇਲਸ ਨੂੰ ਸਕ੍ਰੈਪ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਇਸ ਪੋਸੀਬਲ ਚੇਂਜ ਬਾਰੇ ਗੁੱਡ ਮਾਰਨਿੰਗ ਟੋਰਾਂਟੋ ਸ਼ੋਅ ਦੇ ਵਿੱਚ ਵਕੀਲ ਬ੍ਰਿਜ ਮੋਹਨ ਨੇ ਕੱਲ੍ਹ ਬਾਤ ਕੀਤੀ। 88.9 ਰੈੱਡ ਐਫਐਮ ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ। ਓਨਟਾਰੀਓ ਵੱਲੋਂ ਇਸ ਗੱਲ ਤੇ ਵਿਚਾਰ ਕੀਤਾ ਜਾ ਰਿਹਾ ਕਿ ਜਿਹੜੇ ਜੂਰੀ ਟ੍ਰਾਇਲ ਨੇ ਉਹਨਾਂ ਨੂੰ ਸਕ੍ਰੈਪ ਕਰ ਦਿੱਤਾ ਜਾਏ। ਇਹਦਾ ਕੀ ਮਤਲਬ ਹੈ, ਇਹਦਾ ਕੀ ਅਸਰ ਪਏਗਾ, ਇਹਦੇ ਬਾਰੇ ਲੀਗਲ ਐਕਸਪਰਟ ਕੀ ਸੋਚਦੇ ਨੇ? ਕਿ ਕਿਸੇ ਲੀਗਲ ਐਕਸਪਰਟ ਨਾਲ ਗੱਲ ਕਰਾਂਗੇ, ਧੜੱਲੇਦਾਰ ਵਕੀਲ ਵਜੋਂ ਪਛਾਣ ਰੱਖਦੇ ਨੇ ਬ੍ਰਿਜ ਮੋਹਨ ਜੀ, ਉਹ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਬ੍ਰਿਜ ਮੋਹਨ ਜੀ, ਇਹ ਜਿਹੜਾ ਓਨਟਾਰੀਓ ਗੱਲ ਕਰ ਰਿਹਾ ਹੈ ਕਿ ਜੂਰੀ ਟ੍ਰਾਇਲ ਸਿਸਟਮ ਨੂੰ ਖਤਮ ਕਰ ਦਿੱਤਾ ਜਾਏ, ਪਹਿਲਾਂ ਤਾਂ ਸਾਨੂੰ ਇਹ ਐਕਸਪਲੇਨ ਕਰੋ ਕਿ ਸਿਵਲ ਕੇਸਿਸ ਦੇ ਵਿੱਚ ਜੂਰੀ ਸਿਸਟਮ ਹੁੰਦਾ ਕੀ ਹੈ? ਸਿਵਲ ਕੇਸਿਸ ਜਦ ਕੋਈ ਕਿਸੇ ਤੇ ਮੁਕੱਦਮਾ ਕਰਦਾ ਹੈ, ਜੇ ਇੱਕ ਧਿਰ ਜੂਰੀ ਚਾਹੁੰਦਾ ਹੈ ਤਾਂ ਜੱਜ ਕੇਸ ਦਾ ਫੈਸਲਾ ਨਹੀਂ ਕਰੂਗਾ, ਪਰ ਉਸ ਦੀ ਬਜਾਏ ਆਮ ਭਾਈਚਾਰੇ ਦੇ ਬੰਦੇ, ਲੋਕਲ ਕਮਿਊਨਿਟੀ ਦੇ ਬੰਦੇ ਤੁਹਾਡੇ ਕੇਸ ਦਾ ਫੈਸਲਾ ਕਰਨਗੇ। ਸੋ ਹੁਣ ਮਤਲਬ ਇਹ ਸਰਕਾਰ ਇਸ ਸਿਸਟਮ ਨੂੰ ਬੰਦ ਕਰਨਾ ਚਾਹੁੰਦੀ ਹੈ, ਸੋ ਇੱਕ ਕਾਨੂੰਨੀ ਨੁਕਤੇ ਤੋਂ, ਤੁਸੀਂ ਹੁਣ ਇੱਕ ਕਾਨੂੰਨੀ ਐਕਸਪਰਟ ਹੋ, ਤੁਹਾਡੇ ਸਮਝ ਮੁਤਾਬਕ ਇਸ ਤਬਦੀਲੀ ਦਾ ਕੀ ਮਤਲਬ ਹੈ, ਫਿਰ ਇਹਦਾ ਕੀ ਅਸਰ ਪਏਗਾ? ਉਸ ਦਾ ਅਰਥ ਇਹ ਹੋਵੇਗਾ ਕਿ ਤੁਹਾਨੂੰ ਕਿਸੇ ਸਿਵਲ ਕੇਸ ਲਈ ਜਿਊਰੀ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ। ਇਸ ਸਮੇਂ ਅਟਾਰਨੀ ਜਨਰਲ ਡਾਕ ਡਾਊਨੀ ਵਕੀਲਾਂ, ਇੰਸ਼ੋਰੈਂਸ ਕੰਪਨੀ ਜਾਂ ਕਿਸੇ ਹੋਰ ਵਿਅਕਤੀਆਂ ਤੋਂ ਸਲਾਹ ਮਸ਼ਵਰਾ ਸੁਣਨਾ ਚਾਹੁੰਦੇ ਹਨ ਕਿ ਜੋ ਅਦਾਲਤਾਂ ਦੇ ਕੇਸਾਂ ਵਿੱਚ ਸ਼ਾਮਲ ਹਨ, ਕਿ ਇਹ ਹੋਣਾ ਚਾਹੀਦਾ ਜਾਂ ਨਹੀਂ। ਸਾਨੂੰ ਨਹੀਂ ਪਤਾ ਕਿ ਇਹ ਤਬਦੀਲੀਆਂ ਵਾਪਰਨਗੀਆਂ ਜਾਂ ਨਹੀਂ, ਪਰ ਓਨਟਾਰੀਓ ਦਾ ਕਾਨੂੰਨ ਆਮ ਤੌਰ ਤੇ ਦੇਸ਼ ਦੀ ਅਗਵਾਈ ਕਰਦਾ ਹੈ। ਇਸ ਲਈ ਜੇ ਇਹ ਤਬਦੀਲੀਆਂ ਓਨਟਾਰੀਓ ਵਿੱਚ ਆਉਂਦੀਆਂ ਤਾਂ ਉਹਨਾਂ ਨੂੰ ਬਾਕੀ ਕੈਨੇਡਾ ਵਿੱਚ ਆਉਣ ਦਾ ਇੱਕ ਕਿਸਮ ਦਾ ਬਹੁਤ ਚੰਗਾ ਮੌਕਾ ਮਿਲ ਜਾਊਗਾ। ਜੂਰੀ ਟ੍ਰਾਇਲਸ ਨੂੰ ਅਜੇ ਵੀ ਅਪਰਾਧਿਕ ਮਾਮਲਿਆਂ ਲਈ ਆਗਿਆ ਦਿੱਤੀ ਜਾਏਗੀ। ਬ੍ਰਿਜਮੋਹਨ ਜੀ, ਆਮ ਜਿਹੜੀ ਲੀਗਲ ਕਮਿਊਨਿਟੀ ਹੈ ਜਾਂ ਲੀਗਲ ਐਕਸਪਰਟਸ ਨੇ ਜਾਂ ਲਾਇਰਸ ਨੇ, ਉਹ ਕੀ ਮਹਿਸੂਸ ਕਰ ਰਹੇ ਇਹਨਾਂ ਚੀਜ਼ਾਂ ਬਾਰੇ, ਉਹਨਾਂ ਦਾ ਜਨਰਲ ਜਿਹੜੀਆਂ ਫੀਲਿੰਗਸ ਨੇ ਕਿਸ ਤਰ੍ਹਾਂ ਦੀਆਂ ਨੇ? ਓਨਟਾਰੀਓ ਵਿੱਚ ਬਹੁਤ ਸਾਰੇ ਵਕੀਲ ਜੋ ਆਮ ਲੋਕਾਂ ਲਈ ਕੰਮ ਕਰਦੇ ਹਨ ਕਹਿੰਦੇ ਹਨ ਕਿ ਇਹ ਤਬਦੀਲੀਆਂ ਚੰਗੀਆਂ ਹਨ। ਇਹ ਤਬਦੀਲੀਆਂ ਸਿਵਲ ਕੇਸਿਸ ਚੰਗੀਆਂ ਹੋਣਗੀਆਂ ਕਿਉਂਕਿ ਲੋਕਾਂ ਨੂੰ ਜਲਦੀ ਨਿਆਂ ਮਿਲ ਸਕਦਾ ਹੈ। ਕੁਝ ਲੋਕਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜਿਊਰੀ ਦੇ ਜਿਹੜੇ ਮੈਂਬਰਸ ਹੈ ਉਹਨਾਂ ਲਈ ਜਿਹੜੀ ਤਕਨੀਕੀ ਰਿਪੋਰਟਸ ਹੈ, ਟੈਕਨੀਕਲ ਰਿਪੋਰਟਸ, ਉਹ ਇੰਨੀਆਂ ਕਈ ਵਾਰ ਗੁੰਝਲਦਾਰ ਹੋ ਜਾਂਦੀਆਂ ਕਿ ਵੀ ਉਹ ਸਿਵਲ ਕੇਸਿਸ ਵਿੱਚ ਕਈ ਵਾਰ ਸਹੀ ਫੈਸਲਾ ਲੈਣ ਦੇ ਸਮਰੱਥ ਨਹੀਂ ਹੁੰਦੇ। ਜਿਹੜੀਆਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਉਹ ਉਹਨਾਂ ਜਿਊਰੀ ਮੈਂਬਰ ਦੇ ਉੱਪਰ ਜਾਲਸਾਜ਼ੀ ਦਾ ਸ਼ਿਕਾਰ ਉਹਨਾਂ ਨੂੰ ਕਰਨ 'ਚ ਕਾਮਯਾਬ ਹੋ ਜਾਂਦੀਆਂ। ਪਰ ਮੇਰਾ ਆਪਣਾ ਵਿਚਾਰ ਇਹ ਹੈ ਕਿ ਵੀ ਕ੍ਰਿਮੀਨਲ ਕੇਸਿਸ ਵਿੱਚ ਇਹਨਾਂ ਦੇ ਜਿਹੜੇ ਫੈਸਲੇ ਹੁੰਦੇ ਆ ਉਹ ਬਹੁਤ ਅਹਿਮ ਤੇ ਵਧੀਆ ਹੁੰਦੇ ਆ। ਪੂਰਾ ਸੈਗਮੈਂਟ ਸੁਣਨ ਵਾਸਤੇ ਇਸ ਪੋਸਟ ਨਾਲ ਦਿੱਤੇ ਲਿੰਕ ਨੂੰ ਕਲਿੱਕ ਕਰੋ। ਇਸ ਦਾ ਮਜ਼ਾ ਕੁਝ ਹੋਰ ਹੈ। ਰੈਡ ਐਫ ਐਮ।